ਸ਼ਿਕਾਲ ਜੀ ਸਾਰਿਆਂ ਨੂੰ ਤੇ ਹੁਣ ਆਪਾਂ ਅੱਜ ਦਾ ਬਲੌਗ ਸ਼ੁਰੂ ਕਰਦੇ ਹਾਂ ਜੀ। 2 ਮਿੰਟ ਦੀ ਤੁਹਾਨੂੰ ਹੁਣ ਵੀਡੀਓ ਦਿਖਾਵਾਂਗੇ ਜਦੋਂ ਮੰਮੀ ਦੇ ਬੱਚੇ ਕੋਈ ਚੀਜ਼ ਲੈ ਕੇ ਆਉਂਦੇ ਸੀਗੇ ਉਹਨਾਂ ਦਾ ਬੇਟਾ ਜਾਂ ਪੋਤਾ ਉਹ ਕਿੰਨੇ ਖੁਸ਼ ਹੋ ਜਾਂਦੇ ਸੀ। ਅੱਜ ਦੀ ਵੀਡੀਓ ਆਪਣੀ ਹੈਗੀ ਜੀ ਦੇਸੀ ਘੀ ਤੇ। ਦੇਸੀ ਘੀ ਜਿਹੜਾ ਆਪਾਂ ਬਣਾਵਾਂਗੇ 5 ਸਾਲ ਖਰਾਬ ਨਹੀਂ ਹੋਊਗਾ, ਮਤਲਬ ਜਿਵੇਂ ਜਿਵੇਂ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ, ਪਰ ਉਸ ਤੋਂ ਪਹਿਲਾਂ ਆਪਾਂ ਜਿਹੜੇ ਮੰਮੀ ਨਾਲ ਬਿਤਾਏ ਪਲ ਨੇ ਉਹ ਜ਼ਰੂਰ ਦਿਖਾਵਾਂਗੇ ਜੀ। ਵੀ ਜਦੋਂ ਕੋਈ ਵੀ ਘਰ 'ਚ ਚੀਜ਼ ਆਉਂਦੀ ਸੀਗੀ ਤਾਂ ਉਹ ਕਿੰਨੇ ਜ਼ਿਆਦਾ ਖੁਸ਼ ਹੋ ਜਾਂਦੇ ਸੀ, ਉਹਨਾਂ ਨੂੰ ਕਿੰਨੀ ਖੁਸ਼ੀ ਮਿਲਦੀ ਸੀ। ਉਹ ਦਿਖਾ ਕੇ ਫਿਰ ਆਪਾਂ ਘੀ ਬਣਾਵਾਂਗੇ ਜੀ। ਵੀਡੀਓ ਨੂੰ ਐਂਡ ਤੱਕ ਦੇਖਣਾ ਹੈ, ਠੀਕ ਹੈ ਜੀ? ਫਿਰ ਹੁਣ ਆਪਾਂ ਸ਼ੁਰੂ ਕਰਦੇ ਹਾਂ। ਲਓ ਜੀ ਆਦਵਿੰਦਰ, ਉਹ ਦੇਖੋ ਇੱਕ ਤਾਂ ਲਿਫਾਫਾ ਭਰ ਲਿਆ ਆਪਣੇ ਮੈਗੀ ਮੂਗੀ ਸਾਰੇ ਕਾਸੇ ਦਾ। ਉਹਦੇ ਪਾਪਾ ਨਾਲ ਗਿਆ ਸੀਗਾ ਰਾਜਪੁਰੇ, ਦੋਵੇਂ ਜਿਹੜੇ ਸਾਈਕਲ ਸਮਰਾਉਣ ਗਏ ਸੀ, ਪੁਰਾਣੀ ਨਵੀਂ ਲੈ ਕੇ ਹੀ ਆ ਗਏ। ਇਹ ਨਾਲੇ ਟਿਊਸ਼ਨ ਲਾ ਕੇ ਆਇਆ। ਹੌਲੀ ਹੌਲੀ ਕੱਢਿਓ, ਗਏ ਤਾਂ ਤੁਸੀਂ ਸਮਰਾਉਣ ਸੀ ਪੁਰਾਣੀ ਸਾਈਕਲ ਹੀ, ਦੋਨਾਂ ਨੇ ਚੀਟਿੰਗ ਕਰ ਲਈ ਮੰਮਾ ਨਾਲ। ਤੁਸੀਂ ਚਲਾਏਗਾ ਲਓ ਜੀ ਆਦਵਿੰਦਰ ਨੂੰ ਤਾਂ ਚਾਅ ਹੋਣਾ ਹੀ ਸਾਈਕਲ ਹੀ ਦਾ, ਤੇ ਉਹਦੇ ਪਾਪਾ ਨੂੰ ਤੇ ਦਾਦੀ ਮਾਂ ਨੂੰ ਵੀ ਬਹੁਤ ਚਾਅ ਚੜਿਆ ਹੋਇਆ। ਹੁਣ ਤੁਸੀਂ ਨਾ ਕਿੰਨੇ ਦੀ ਆਈ ਆ, ਕਿੰਨੇ ਦੀ ਆ ਗਈ? ਹੁਣ ਉੱਚੀ ਤੋਂ ਗਿਰਨਾ ਜਾਈ, ਦੇਖ ਕੇ ਚਲਾਈ ਬਾਈ। ਚੱਲ ਫਰੂਟ ਦੀ ਪਾਰਟੀ ਬਣਾ ਲੈਂਦੇ ਅੱਜ ਤਾਂ। ਆਦਵਿੰਦਰ ਆਪਣੀ ਮੈਗੀ ਮੂਗੀ, ਤੁਸੀਂ ਕੀ ਕਰੋਗੇ? ਲਓ ਜੀ ਦੇਸੀ ਘੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਨਾ ਇੱਕ ਪਾਣੀ ਗਰਮ ਕਰਨਾ ਜੀ ਗੈਸ 'ਤੇ, ਅਤੇ ਕਿਉਂਕਿ ਠੰਡ ਦਾ ਮੌਸਮ ਆ ਗਿਆ। ਦੇਖੋ ਆਪਣੇ ਕੋਲ ਇੱਕ ਡੋਂਗਾ ਭਰਿਆ ਹੋਇਆ ਕਰੀਮ ਦਾ, ਅਤੇ ਆ ਮਿਕਸੀ ਲੈ ਲਈ। ਮਿਕਸੀ ਦੇ ਵਿੱਚ ਪਹਿਲਾਂ ਕਰੀਮ ਦਾ ਮੱਖਣ ਬਣਾਵਾਂਗੇ। ਮੱਖਣ ਬਣਾਉਣ ਵੇਲੇ ਜੀ ਇਹ ਗਰਮ ਪਾਣੀ ਦੀ ਜ਼ਰੂਰਤ ਪਊਗੀ, ਥੋੜ੍ਹਾ ਥੋੜ੍ਹਾ ਪਾ ਕੇ ਪਾਣੀ, ਫਿਰ ਇਹਦਾ ਮੱਖਣ ਬਣੂਗਾ। ਅਤੇ ਜੇ ਆਪਾਂ ਠੰਡਾ ਪਾਣੀ ਪਾ ਲਾਂਗੇ ਫਿਰ ਉਹ ਨਹੀਂ ਬਣੂਗਾ ਮੌਸਮ ਦੇ ਅਕੋਰਡਿੰਗ। ਮੱਝਾਂ ਦਾ ਨੀ ਗਾਈਆਂ ਦਾ ਦੁੱਧ ਹੁੰਦਾ ਤਾਂ ਕਰਕੇ ਯੈਲੋ ਕਲਰ ਦੀ ਕਰੀਮ ਹੈ। ਗਾਈਆਂ ਦਾ ਘੀ ਤਾਂ ਹੁਣ ਮਿਲਦਾ ਵੀ ਨਹੀਂ ਹੈਗਾ ਕਿਉਂਕਿ ਸਪੈਸ਼ਲ ਕੋਈ ਬਣਾਉਂਦਾ ਨੀ। ਬਸ ਢੱਕਣ ਲੈ ਕੇ ਆਉਂਦੀ ਹਾਂ ਜੀ, ਇਹਨੂੰ ਆਪਾਂ ਢੱਕ ਦੇਣਾ, ਪਾਣੀ ਠੰਡਾ ਨਹੀਂ ਹੋਣ ਦੇਣਾ। ਆਪਾਂ ਨੇ ਵਾਰ ਵਾਰ ਸਾਰੀ ਕਰੀਮ ਹੈ ਜਿਹੜੀ ਇਹਦਾ ਮੱਖਣ ਬਣਾ ਦੇਣਾ। ਦੇਖੋ ਵਿੱਚੇ ਲੱਸੀ ਹੋ ਗਈ, ਵਿੱਚੇ ਮੱਖਣ ਹੋ ਗਿਆ। ਜਿਹਨੂੰ ਆਪਾਂ ਇੱਕ ਭਾਂਡੇ 'ਚ ਕੱਢ ਦਾਂਗੇ ਸਾਰਾ ਬਣਾ ਕੇ ਨਾ, ਜਦੋਂ ਜੇ ਸਾਰਾ ਬਣ ਜੂਗਾ ਜੀ ਫਿਰ ਆਪਾਂ ਮੱਖਣ ਉੱਤੋਂ ਕੱਢ ਲਾਂਗੇ, ਲੱਸੀ ਰਹਿ ਜੂਗੀ ਥੱਲੇ, ਇਹ ਮੱਖਣ ਦਾ ਫਿਰ ਆਪਾਂ ਘੀ ਬਣਾਵਾਂਗੇ ਜੀ। ਹੁਣ ਫਿਰ ਮੈਂ ਦੁਬਾਰਾ ਤੋਂ ਐਵੇਂ ਕਰਨਾ ਜੀ, ਆਹ ਕਰੀਮ ਪਾ ਕੇ 3-4 ਵਾਰ 'ਚ ਹੋਊਗੀ ਸਾਰਾ ਬਣਿਆ ਹੋਇਆ ਜੀ। ਹੁਣ ਤੁਹਾਨੂੰ ਦਿਖਾਵਾਂਗੇ ਆਪਾਂ ਫਿਰ।
ਲਓ ਜੀ ਆਪਣਾ ਕਿੰਨਾ ਸੋਹਣਾ ਮੱਖਣ ਤਿਆਰ ਹੋ ਗਿਆ। ਆਹ ਕਰੀਮ ਤੋਂ ਕਰੀਮ ਦਾ ਕੌਲਾ ਸੀਗਾ, ਇਸ ਤੋਂ ਆ ਮਿਕਸੀ ਦੇ ਵਿੱਚ ਮੱਖਣ ਤਿਆਰ ਕਰ ਲਿਆ। ਹੁਣੇ ਮੱਖਣ ਦਾ ਬਣਾਵਾਂਗੇ ਜੀ ਘੀ, ਜਿਹੜੀ ਥੱਲੇ ਲੱਸੀ ਬਚ ਜੂਗੀ ਉਹ ਵੀ ਫਿਰ ਤੁਹਾਨੂੰ ਦੱਸਾਂਗੇ ਕੀ ਕਰਨਾ। ਪਹਿਲਾਂ ਆਪਾਂ ਆਹ ਮੱਖਣ ਨੂੰ ਕੱਢ ਕੇ ਇਹ ਘੀ ਬਣਾਉਂਦੇ ਹਾਂ ਜੀ, ਇਹਨੂੰ ਨਿਚੋੜ ਕੇ ਕੱਢਣਾ, ਲੱਸੀ ਥੱਲੇ ਰਹਿ ਜੂਗੀ, ਮੱਖਣ ਨੂੰ ਆਪਾਂ ਅਲੱਗ ਕੱਢ ਲਾਂਗੇ। ਲਓ ਜੀ ਗੈਸ ਚਲਾ ਲਿਆ, ਇੱਧਰ ਆਪਣਾ ਮੱਖਣ ਕੱਢ ਲਿਆ ਜੀ ਆਪਾਂ ਨੇ, ਦੇਖੋ ਇਹਨੂੰ ਆਪਾਂ ਗੈਸ 'ਤੇ ਧਰ ਦਾਂਗੇ ਜੀ। ਅਤੇ ਇਹ ਮੱਖਣ ਆ ਜਿਹੜਾ ਇਹ ਤੋਂ ਘੀ ਬਣ ਜੂਗਾ ਜੀ, ਇਹ 'ਚ ਆਪਾਂ ਨੇ ਲਗਾਤਾਰ ਕੜਛੀ ਫੇਰੀ ਜਾਣੀ ਆ। ਅਤੇ ਇੱਧਰ ਆਪਣੀ ਇਹ ਭਾਂਡੇ ਨੇ ਜੀ, ਭਾਂਡੇ ਸਾਫ਼ ਕਰ ਲਾਂਗੇ ਜਾਨੂੰ ਆਹ ਪਿਘਲੂਗਾ, ਫਿਰ ਇਹਦੇ ਕੋਲੇ ਖੜ ਕੇ ਜੀ ਕੜਛੀ ਫੇਰਨੀ ਆਪਾਂ ਨੇ ਜਦੋਂ ਮੱਖਣ ਤੋਂ ਘੀ ਬਣਦਾ। ਕਈ ਭੈਣਾਂ ਦਾ ਕਹਿਣਾ ਹੁੰਦਾ ਜੀ ਵੀ ਆਪਾਂ ਜਦੋਂ ਘੀ ਬਣਦਾ ਹੁੰਦਾ ਇੱਕ ਚੁਟਕੀ ਆਟੇ ਦੀ ਸਿੱਟ ਲਓ ਵਿੱਚ, ਵੀ ਫਿਰ ਇਹ ਥੱਲੇ ਨਹੀਂ ਲੱਗਦਾ ਹੈਗਾ ਘੀ, ਅਤੇ ਆਪਾਂ ਨੂੰ ਭਾਂਡੇ ਮਾਂਜਣੇ ਆਸਾਨ ਹੋ ਜਾਂਦੇ ਨੇ। ਨਹੀਂ ਜੀ, ਜੇ ਲਗਾਤਾਰ ਕੜਛੀ ਫੇਰੀ ਜਾਓ ਨਾ ਫਿਰ ਕੋਈ ਥੱਲੇ ਨਹੀਂ ਲੱਗਦਾ, ਭਾਂਡੇ ਮਾਂਜਣੇ ਵੀ ਸੌਖੇ ਨੇ। ਪਰ ਜਿਹੜਾ ਆਪਾਂ ਇਸ ਢੰਗ ਨਾਲ ਘੀ ਬਣਾਵਾਂਗੇ ਆਪਾਂ 4 ਸਾਲ ਰੱਖ ਸਕਦੇ ਹਾਂ, 4-5 ਸਾਲ। ਅਤੇ ਜਿਹੜਾ ਵਿੱਚ ਚੁਟਕੀ ਆਟੇ ਦੀ ਪਾਓ, ਡੁਪਲੀਕੇਟ ਕੰਮ ਜਿਹਾ ਕਰੋ ਨਾ, ਉਹਦੇ ਨਾਲ ਫਿਰ ਘੀ ਜ਼ਿਆਦਾ ਟਾਈਮ ਨਹੀਂ ਚੱਲਦਾ, 6 ਮਹੀਨੇ ਮਸਾਂ ਕੱਟਦਾ। ਘੀ ਨੂੰ ਨਾ ਜੀ ਬਿਲਕੁਲ ਕਾੜਨਾ, ਜੇ ਜਿੰਨਾ ਕੜਿਆ ਹੋਇਆ ਘੀ ਹੋਊਗਾ ਓਨਾ ਹੀ ਜੀ ਫਿਰ ਖੁਸ਼ਬੂ ਵੀ ਵਧੀਆ ਆਊਗੀ ਅਤੇ ਜ਼ਿਆਦਾ ਟਾਈਮ ਵੀ ਕੱਟੂਗਾ। ਆਪਾਂ ਇਹਨਾਂ ਨੂੰ ਕੱਚਾ ਪਾਣੀ ਰੱਖਣਾ ਇਹਦੇ ਵਿੱਚ। ਲਓ ਜੀ ਪਿਘਲਣਾ ਸ਼ੁਰੂ ਹੋ ਗਿਆ, ਜਦ ਤੋਂ ਪਿਘਲ ਜੂਗਾ ਆਪਾਂ ਨੇ ਆ ਕੜਛੀ ਫੇਰੀ ਹੋ ਜਾਣੀ ਹੈ ਚ ਐਵੇਂ। ਜਦੋਂ ਆਪਾਂ ਘੀ ਪਹਿਲਾਂ ਪਹਿਲਾਂ ਰੱਖਦੇ ਹਾਂ ਆਪਾਂ ਜਿਹੜਾ ਗੈਸ ਹੈ ਸਲੋ ਕਰ ਸਕਦੇ ਹਾਂ ਜੀ, ਅਤੇ ਜੇ ਕੜਛੀ ਫੇਰੀ ਚੱਲੋ ਫੇਰਨੀ ਉਬਲਦਾ, ਜੇ ਉਬਲਦਾ ਲੱਗਦਾ ਤਾਂ ਆਪਾਂ ਗੈਸ ਘੱਟ ਕਰ ਸਕਦੇ ਹਾਂ ਜੀ। ਅਤੇ ਇਸ ਤੋਂ ਇਲਾਵਾ ਜੀ ਜਦੋਂ ਆਪਾਂ ਘੀ ਤਿਆਰ ਕਰਦੇ ਹਾਂ, ਮਤਲਬ ਇਹ ਜਿਵੇਂ 5 ਕਿਚਨ ਟਿਪਸ ਹੁੰਦੇ ਨੇ ਜੀ। ਹੁਣ ਆਪਣਾ ਘੀ ਉਬਲ ਰਿਹਾ, ਦੇਖੋ ਆਪਾਂ ਗੈਸ ਹੈ ਜਿਹੜਾ ਇਹ ਥੋੜ੍ਹਾ ਜਿਹਾ ਘਟਾ ਕੇ ਗੱਲ ਕਰਦੇ ਹਾਂ। ਆਲੋ ਜੀ ਘੱਟ ਗੈਸ ਕਰਤਾ, ਹੁਣ ਆਪਾਂ ਇਹ 'ਚ ਕੜਛੀ ਫੇਰੀ ਜਾਵਾਂਗੇ, ਜਦ ਇਹ ਬਿਲਕੁਲ ਰਿੱਝਣ ਲੱਗ ਜੂਗਾ ਫਿਰ ਆਪਾਂ ਗੈਸ ਤੇਜ਼ ਕਰ ਲਾਂਗੇ ਜੀ। ਅਤੇ ਨਾਲੇ ਆਪਣਾ ਘੀ ਬਣ ਗਿਆ, ਨਾਲੇ ਤੁਹਾਨੂੰ ਦੱਸ ਦਿਆਂ ਜੀ। ਵੈਸੇ ਹੁਣ ਜੇ ਮੈਂ ਬਣਾਇਆ ਤਾਂ ਵੀਡੀਓ ਲੰਬੀ ਹੋ ਜੂਗੀ, 5 ਕਿਚਨ ਟਿਪਸ ਹੁੰਦੇ ਨੇ ਇਹ, ਆਪਾਂ ਪਹਿਲਾਂ ਵੀ ਮੈਂ ਵੀਡੀਓ ਸ਼ੇਅਰ ਕਰ ਚੁੱਕੀ ਹਾਂ ਜੀ। ਅਤੇ ਫਿਰ ਹੁਣ ਤੁਹਾਨੂੰ ਦੱਸਦੇ, ਪਹਿਲਾਂ ਆਪਾਂ ਨੇ ਕਰੀਮ ਤੋਂ ਮੱਖਣ ਤਿਆਰ ਕਰਿਆ, ਪਹਿਲਾਂ ਕਰੀਮ ਸੀ ਜੀ, ਫਿਰ ਉਸ ਤੋਂ ਮੱਖਣ ਤਿਆਰ ਕਰਿਆ, ਮੱਖਣ ਤੋਂ ਘੀ ਹੋ ਜੂਗਾ ਜੀ। ਜਿਹੜੀ ਉਹ ਲੱਸੀ ਰਹਿ ਜਾਂਦੀ ਆ ਉਹਦੇ ਵਿੱਚ ਨਾ ਥੋੜ੍ਹਾ ਜਿਹਾ ਕੋਈ ਵੀ ਖੱਟੀ ਚੀਜ਼ ਪਾ ਕੇ, ਕੋਈ ਫਟਕੜੀ ਲਾ ਲਓ, ਫਿਟਕੜੀ ਹੁੰਦੀ ਹੈ ਦੁੱਧ ਫਾੜਨ ਵਾਲੀ ਜਾਂ ਕੋਈ ਸਿਰਕਾ, ਉਹਨੂੰ ਆਪਾਂ ਲੱਸੀ ਜੀ ਨੂੰ ਫਾੜ ਕੇ ਨਾ ਉਹ 'ਚੋਂ ਉਹ ਨਿਕਲਿਆ ਆਉਂਦਾ ਹੁੰਦਾ ਜੀ ਪਨੀਰ, ਉਸ ਪਨੀਰ ਤੋਂ ਆਪਾਂ ਭੁਰਜੀ ਤਿਆਰ ਕਰ ਸਕਦੇ ਹਾਂ, ਪਨੀਰ ਦੀ ਸਬਜ਼ੀ। ਅਤੇ ਜਿਹੜਾ ਇਹ ਘੀ ਬਣਨ ਤੋਂ ਬਾਅਦ ਇਹਨੂੰ ਘੀ ਬਣ ਜਾਂਦਾ ਜੀ, ਆਪਾਂ ਘੀ ਕੱਢ ਲੈਂਦੇ ਹਾਂ, ਉਹਦੇ ਨੀਚੇ ਨਾ ਉਹ ਰਹਿ ਜਾਂਦੀ ਹੈ ਖੁਰਚਣ ਜੀ, ਉਸਦੀ ਆਪਾਂ ਪੰਜੀਰੀ ਬਣਾ ਸਕਦੇ ਹਾਂ। ਅਤੇ ਜਦੋਂ ਘੀ ਨਿਕਲ ਜਾਂਦਾ ਤਾਂ ਇਹ 'ਚ ਥੋੜ੍ਹਾ ਜਿਹਾ ਪਾਣੀ ਪਾ ਕੇ ਜੀ ਫਿਰ ਘੀ ਆ ਜਾਂਦਾ, ਉਹਨੂੰ ਚਹੇੜੂ ਕਹਿੰਦੇ ਨੇ। ਇਹ 5 ਕਿਚਨ ਟਿਪਸ ਨੇ ਜੀ ਆਪਣੇ, ਜੇ ਤੁਸੀਂ ਕਰਨੇ ਹੋ ਐਵੇਂ ਕਰ ਸਕਦੇ ਹੋ, ਪਰ ਹੁਣ ਜੇ ਮੈਂ ਕਰੂੰਗੀ ਤਾਂ ਵੀਡੀਓ ਲੰਬੀ ਹੋ ਜੂਗੀ ਜੀ, ਤਾਂ ਕਰਕੇ ਆਪਾਂ ਸਿਰਫ ਅੱਜ ਦਾ ਵੀਡੀਓ ਆਪਣੀ ਘੀ 'ਤੇ ਹੈ ਵੀ ਆਪਾਂ ਨੇ ਜਿਹੜਾ ਘੀ ਤਿਆਰ ਕਰਨਾ ਇਹ 4-5 ਸਾਲ ਵਾਸਤੇ ਕਿਵੇਂ ਰੱਖ ਸਕਦੇ ਹਾਂ। ਅਤੇ ਫਿਰ ਕਦੇ ਟਾਈਮ ਲੱਗਿਆ ਜੀ ਆਪਾਂ ਜ਼ਰੂਰ ਉਹ ਟਿਪ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਆ ਦੇਖੋ ਜੀ ਹੁਣ ਇਹ ਰਿੱਝ ਰਿਹਾ, ਇਹਨੂੰ ਰਿੱਝੀ ਜਾਣ ਦਿਓ। ਇਹ ਜਿੰਨਾ ਨਾ 3 ਚੀਜ਼ਾਂ ਜਿੰਨੀਆਂ ਕੱਢਦੀਆਂ ਨੇ, ਮਤਲਬ ਇੱਕ ਤਾਂ ਇਹ ਘੀ ਹੋ ਗਿਆ, ਦੂਜਾ ਕੜੀ ਹੋ ਗਈ, ਅਤੇ ਤੀਜਾ ਸਾਗ ਹੋ ਗਿਆ। ਸਾਗ ਨੂੰ ਜਿੰਨਾ ਰਿੱਝਾਂਗੇ ਉਨਾ ਟੇਸਟੀ ਬਣੂਗਾ, ਕੜੀ ਨੂੰ ਜਿੰਨਾ ਕਾੜਾਂਗੇ ਉਨੀ ਟੇਸਟੀ ਬਣੂਗੀ, ਅਤੇ ਐਵੇਂ ਘੀ ਦਾ ਹੈ ਜੀ। ਘੀ ਜਿੰਨਾ ਮਤਲਬ ਇਹ 'ਚ ਮਾੜਾ ਜਿਹਾ ਵੀ ਜੇ ਕੱਚਾਪਣ ਰਹਿ ਜਾਂਦਾ ਨਾ ਫਿਰ ਉਹ ਇਹ 'ਚੋਂ ਸਮੈਲ ਜੀ ਆਉਣ ਲੱਗ ਜਾਂਦੀ ਹੈ, ਅਤੇ ਇਹਨੂੰ ਬਿਲਕੁਲ ਕਾੜਨਾ ਆਪਾਂ ਨੇ। ਫਿਰ ਇਹ ਆਪਾਂ 4-5 ਸਾਲ ਵਾਸਤੇ ਰੱਖ ਸਕਦੇ ਹਾਂ ਜੀ। ਵੈਸੇ ਤਾਂ ਥੋੜ੍ਹਾ ਜਿਹਾ ਆਪਾਂ ਨੇ ਹਫ਼ਤੇ 10 ਦਿਨ 'ਚ ਖਾ ਜਾਣਾ। ਵੈਸੇ ਤੁਹਾਨੂੰ ਦੱਸਣ ਦੀ ਗੱਲ ਆਉਂਦੀ ਹੈ ਵੀ ਜੇ ਤੁਸੀਂ ਜ਼ਿਆਦਾ ਘੀ ਤਿਆਰ ਕਰਨਾ ਤਾਂ ਆਪਾਂ ਉਹਨੂੰ ਕਿਵੇਂ ਰੱਖ ਸਕਦੇ ਹਾਂ। ਕਈ ਵਾਰ ਐਵੇਂ ਹੁੰਦਾ ਆਪਣੇ ਕੋਲ ਗਰਮੀਆਂ 'ਚ ਜ਼ਿਆਦਾ ਦੁੱਧ ਹੁੰਦਾ ਪਿੰਡਾਂ 'ਚ ਭੈਣਾਂ ਕੋਲ ਜੀ, ਫਿਰ ਉਹ ਘੀ ਤਿਆਰ ਕਰਕੇ ਰੱਖ ਸਕਦੇ ਹਾਂ, ਜਿਵੇਂ ਸਰਦੀਆਂ 'ਚ ਵਰਤ ਲੈਂਦੀਆਂ ਨੇ, ਪੰਜੀਰੀ ਬਣਾਉਣ ਦੇ ਕੰਮ ਆਉਂਦਾ ਹੈ, ਸਾਗ 'ਚ ਪਾਉਣ ਦੇ ਕੰਮ ਆਉਂਦਾ ਹੈ। ਦੇਸੀ ਘੀ ਤਾਂ ਸਰਦੀਆਂ 'ਚ ਪਹਿਲੇ ਬਜ਼ੁਰਗ ਹੁੰਦੇ ਸੀ ਨਾ ਜੀ, ਉਹ ਜਿਹੜੇ ਉਹਨਾਂ ਦੇ ਕਹਿਣ ਦੇ ਮੁਤਾਬਿਕ ਜੇ ਬਲੱਡ ਪ੍ਰੈਸ਼ਰ ਘੱਟਦਾ ਹੋਵੇ ਤਾਂ ਆਪਾਂ ਨੇ ਸਵੇਰ ਦਾ ਜਿਹੜਾ ਦੁੱਧ ਲੈਣਾ
पहले टाइम दा या दूजे टाइम दा। पहली बार दे दूध लेना जी सवेरे, जेड़ा ओदे विच एक चमचा देसी घी दा फेंट के जे आपां पीने आ तां ब्लड प्रेशर जिहदा घटदा उह घटूगा नहीं, कदे वी ब्लड प्रेशर घटना बंद हो जूगा। ते सर्दियां च जिवें ज्यादा ठंड लगदी उह ठंड भी नहीं लगूगी जी। मेरा तां चलो ब्लड प्रेशर वध है, वधण वाले भैण भरा इह ना करन जिहड़ा इह दस्सिआ मैं तुहानूं, जिन्हां दा घटदा उह एक गिलास दुध च एक चमचा घी दा पा के फेंट के पी के ब्लड प्रेशर घटने का इलाज घर च देसी तरीके नाल हो सकता है जी। आ देखो हुण आपणा घी है जिहड़ा इह मतलब उबलना बंद हो गया, हुण आपां गैस तेज करके इहनूं बना लांगे। ठीक है जी, फिर हुण तां आपां तुहानूं लगातार नेड़े तों ही दिखावांगे। देखो जी हुण मैं कड़छी बिल्कुल नहीं फेर रही हैगी, हुण अपने आप इह उबलना बंद हो गया ते रिझना शुरू हो गया जी। देखो एक बबल्स तां इस तरह दे ने, हुण बबल्स आए होए ने। इह बबल्स ना कच्चे ने, कच्चे पंच ने जी। इह जदों घी बन जांदा है फिर उह जिहड़े बबल्स आउंदे ने उह पक्के पंच हुंदे ने। जदों घी बन जांदा इहदी निशानी इह हुंदी आ कि बबल्स आउणे शुरू हो जांदे ने। उह ना पौण जी वाले नहीं हुंदे जी, सारा जिहड़ी झग जी है जदों हट जांदी है घी बणदा है, जदों उह बुलबुले आउणगे जी उदों फिर बणिआ होइआ घी मन्नांगे आपां। ਇਹਦੇ ਵਿੱਚ ਦੇਖੋ ਐ ਫੇਰੀ ਜਾਣਾ ਇਹ ਕੜਛੀ ਜੀ, ਕੋਈ ਇਹ ਥੱਲੇ ਨਹੀਂ ਲੱਗੂਗਾ, ਕੁਛ ਨਹੀਂ ਹੋਊਗਾ। ਹੁਣ ਆਪਾਂ ਬਣਨ ਵੇਲੇ ਟਾਈਮ ਦਾ ਤੁਹਾਨੂੰ ਦਿਖਾਵਾਂਗੇ ਜੀ। ਦੇਖੋ ਬਣਨਾ ਸ਼ੁਰੂ ਹੋ ਗਿਆ। ਲਓ ਜੀ ਜਦੋਂ ਘੀ ਬਣਦੀ ਐ ਐਵੇਂ ਦੀ ਕੰਡੀਸ਼ਨ ਆ ਜਾਂਦੀ ਹੈ ਤਾਂ ਲਗਾਤਾਰ ਕੜਛੀ ਫੇਰਨੀ ਆ, ਕਿਉਂਕਿ ਇਹ 'ਚ ਗਾੜ੍ਹਾਪਣ ਆ ਜਾਂਦਾ, ਉਹ ਨੀਚੇ ਬੈਠ ਜਾਂਦਾ ਅਤੇ ਫਿਰ ਇਹ ਥੱਲੇ ਲੱਗਣਾ ਹੁਣ ਸ਼ੁਰੂ ਹੋ ਜਾਂਦਾ ਜੀ। ਆਪਾਂ ਨੇ ਥੱਲੇ ਨਹੀਂ ਲੱਗਣ ਦੇਣਾ। ਉਹ ਦੇਖੋ ਜਿਹੜੇ ਪੌਣ ਜੀ ਵਾਲੇ ਬਬਲ ਸੀਗੇ ਉਹ ਹਟ ਕੇ ਹੁਣ ਦੂਜੇ ਬਬਲਸ ਆਉਣੇ ਸ਼ੁਰੂ ਹੋ ਗਏ ਨੇ। ਆ ਦੇਖੋ ਇਹ ਜਦੋਂ ਬਿਲਕੁਲ ਪਲੇਨ ਹੋ ਜਾਊਗਾ, ਮਤਲਬ ਗਾੜ੍ਹਾਪਣ ਨੀਚੇ ਰਹਿ ਜਾਊਗਾ, ਉੱਤੇ ਬਿਲਕੁਲ ਪਾਣੀ ਵਾਂਗੂ ਤਰਨ ਲੱਗ ਜੂ, ਉਦੋਂ ਆਪਣਾ ਘੀ ਬਣ ਕੇ ਤਿਆਰ ਹੋ ਜਾਊਗਾ ਜੀ। ਫਿਰ ਆਪਾਂ ਨੇ ਗੈਸ ਨੂੰ ਬੰਦ ਕਰ ਦਾਂਗੇ, ਜਦੋਂ ਕੋਸਾ ਜਿਹਾ ਹੋ ਜਾਊਗਾ, ਠੰਡਾ ਹੋ ਜਾਊਗਾ, ਫਿਰ ਆਪਾਂ ਇਹਨੂੰ ਕਿਸੇ ਭਾਂਡੇ ਵਿੱਚ ਭੁੰਨ ਲਾਂਗੇ ਜੀ। ਆ ਦੇਖੋ ਹੁਣੇ ਬਣਨਾ ਸ਼ੁਰੂ ਹੋ ਗਿਆ। ਦੇਖੋ ਇਹ ਬਬਲਸ ਹੁੰਦੇ ਨੇ ਜੀ ਜਿਹੜੇ ਵਾਈਟ ਵਾਈਟ ਹੋਣ ਆਉਂਦੇ ਨੇ। ਦੇਖੋ ਜਦੋਂ ਘਿਓ ਬਣਨਾ ਸ਼ੁਰੂ ਹੋ ਜਾਂਦਾ ਤਾਂ ਇਹ ਆ ਦੇਖੋ ਫਿਰ ਇਹ ਐਵੇਂ ਦਾ ਦਿਸਣ ਲੱਗ ਜਾਂਦਾ ਜੀ ਆਪਾਂ ਨੂੰ ਬਿਲਕੁਲ। ਆ ਦੇਖੋ ਪਾਣੀ ਵਾਂਗੂ ਇਹ ਯੈਲੋ ਕਲਰ ਗਈਆਂ ਦਾ ਉਹ ਸੀਗੇ ਜੀ, ਦੁੱਧ ਤਾਂ ਕਰਕੇ ਇਹ ਯੈਲੋ ਯੈਲੋ ਘੀ ਆ, ਨਹੀਂ ਤਾਂ ਵਾਈਟ ਹੁੰਦਾ ਮੱਝਾਂ ਦਾ। ਆ ਦੇਖੋ ਇਹ ਬਬਲਸ ਹੁੰਦੇ ਨੇ ਜੀ। ਆ ਦੇਖੋ ਭੈਣੇ ਜਦੋਂ ਇਹ ਬਣ ਜਾਂਦੇ ਨੇ ਨਾ ਬਬਲ, ਜਾਂ ਦੇਖੋ ਆਪਣਾ ਹੁਣ ਘੀ ਬਣ ਕੇ ਤਿਆਰ ਹੈ ਬਿਲਕੁਲ। ਆ ਦੇਖੋ ਆ ਦੇਖੋ ਇਹ 'ਚ ਹੁਣ ਘੀ ਉਹ ਘੀ ਹੈ। ਆਪਾਂ ਨੇ ਹੁਣ ਗੈਸ ਕਰ ਦੇਣਾ ਜੀ ਬੰਦ, ਕਿਉਂਕਿ ਜਿਹੜਾ ਇਹ ਭਾਂਡਾ ਇੰਨਾ ਜ਼ਿਆਦਾ ਗਰਮ ਹੁੰਦਾ ਹੈ, 10-15 ਮਿੰਟ ਨਾ ਇਹਦੇ ਵਿੱਚ ਐਵੇਂ ਪੱਕੀ ਜਾਂਦਾ ਹੈ ਜੀ। ਠੀਕ ਹੈ ਜੀ, ਫਿਰ ਹੁਣ ਆਪਾਂ ਤੁਹਾਨੂੰ ਬਣਿਆ ਹੋਇਆ ਘੀ ਦਿਖਾਵਾਂਗੇ। ਬਿਲਕੁਲ ਗਰਮ ਤਾਂ ਇਹ ਹੈਗਾ, ਠੰਡਾ ਹੋਇਆ। ਲਓ ਜੀ ਜੇ ਆਪਾਂ ਹੁਣ ਗੈਸ ਨਹੀਂ ਬੰਦ ਕਰਾਂਗੇ ਤਾਂ ਇਹਨੇ ਜਲਣਾ ਸ਼ੁਰੂ ਹੋ ਜਾਣਾ। ਹੁਣ ਗੈਸ ਕਰਦੇ ਹਾਂ ਬੰਦ। ਲਓ ਜੀ ਘੀ ਬਣ ਕੇ ਤਿਆਰ ਆ, ਆਪਾਂ ਨੇ ਇੱਕ ਭਾਂਡੇ 'ਚ ਕੱਢ ਲਿਆ ਜੀ। ਆ ਖੁਰਚਣ ਜੀ ਆ ਗਈ, ਦੇਖੋ ਇਹਦਾ ਰੰਗ ਕਿੰਨਾ ਸੋਹਣਾ ਹੈ, ਬਰਾਊਨ ਬਰਾਊਨ ਆਪਾਂ ਨੇ ਘੀ ਆ ਜਿਹੜਾ ਬਿਲਕੁਲ ਕਾੜ ਕੇ ਬਣਾਇਆ, ਮਤਲਬ ਐਵੇਂ ਨਾ ਫਿਰ ਇਹ ਕੱਚਾ ਨਹੀਂ ਰਹਿੰਦਾ। ਦੇਖੋ ਇਹ ਪੌਣੀ ਨੂੰ ਆਪਾਂ ਅਲੱਗ ਕੱਢ ਰੱਖ ਦਾਂਗੇ ਜੀ। ਹੁਣ ਆਪਾਂ ਨੇ ਇਹ ਘੀ ਆ ਜਿਹੜਾ ਇਹ ਤੁਹਾਨੂੰ ਦੱਸਦੇ ਹਾਂ ਵੀ ਇੱਕ ਗੜਵੀ 'ਚ ਕਿਉਂ ਕੱਢਿਆ, ਕਿਉਂਕਿ ਨਾ ਜੀ ਇਹ ਆਪਾਂ ਨੇ ਦੇਖਣਾ ਸੀਗਾ ਵੀ ਕਿੰਨਾ ਕੁ ਬਣਿਆ। ਇੱਕ ਡੋਂਗੇ ਵਿੱਚੋਂ ਆਪਾਂ ਨੂੰ 1/2 ਕਿਲੋ ਘੀ, ਇਹ ਕਿਲੋ ਦੀ ਗੜਵੀ ਆ ਜੀ, 1/2 ਕਿਲੋ ਘੀ ਬਣ ਗਿਆ। ਦੇਖੋ ਲਓ ਜੀ ਹੁਣ ਆਪਾਂ ਇਹਨੂੰ ਠੰਡਾ ਹੋਇਆ ਨੇ ਆਪੇ ਜੰਮ ਜਾਣਾ ਤੇ 10 ਦਿਨ ਤਕਰੀਬਨ ਲੰਘ ਜਾਣੇ ਨੇ। ਉਧਰ ਬਾਈ ਨੇ ਬਰਸੀਨ 'ਚ ਰੇਹ ਪਾਉਣਾ ਜੀ।